Thank you.
ਇਹ ਦੇਗਾ ਵੀ ਜਥੇਦਾਰ ਅਕਾਲੀ ਬਾਬਾ ਪੂਰਾ ਸਿੰਘ ਜੀ ਦਾ ਹੈ ਇਹ ਦੇਗਾ ਜਿਹੜਾ ਦੂਸਰਾ ਨਾਮ ਖੜਕ ਹੈ ਭਾਈ ਸਾਹਿਬ ਭਾਈ ਜਿੰਦਰ ਸਿੰਘ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਦੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਸ ਮਸਤ ਹਾਥੀ ਦਾ ਡੱਟ ਕੇ ਮੁਕਾਬਲਾ ਕੀਤਾ ਜੋ ਕਿ ਪਾਇਤਾਬ ਦੇ ਪਹਾੜੀ ਰਾਜਿਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਕਿਲ੍ਹਾ ਰੋਪੜ ਦਾ ਦਰਵਾਜ਼ਾ ਤੋੜਨ ਵਾਸਤੇ ਛੱਡਿਆ ਗਿਆ ਸੀ। ਜਦ ਭਾਈ ਸਾਹਿਬ ਉਸ ਮਸਤ ਹਾਥੀ ਨੂੰ ਮੈਦਾਨੇ ਜੰਗ ਵਿੱਚੋਂ ਭਜਾ ਕੇ ਵਾਪਸ ਆਏ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਟੇਕਾ ਭਾਈ ਸਾਹਿਬ ਜੀ ਨੂੰ ਇਨਾਮ ਵਜੋਂ ਗੋਸ਼ਿਤ ਕੀਤਾ। ਇਸ ਦਾ ਵਚਨ ਚਾਰ ਤੇ ਪੁੱਕਾ ਹੈ। ਇਹ ਗੁਰਜ ਮੇਰੀ ਪੀੜ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸਾਰੀਆਂ ਹੀ ਧਾਤਾਂ ਦਾ ਮਿਲ ਕੇ ਬਣਿਆ ਹੋਇਆ ਹੈ। ਇਸ ਦਾ ਵਚਨ 16 ਤੇ 25 ਹੈ। ਇਸ ਰਾਏ ਦੱਸੇ ਵਾਲਾ ਸਫਾ ਜਨਮ ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਸ ਗੁਰੂ ਸ਼ਸਤਰ ਹੈ, ਬਹੁਤ ਤੇਜ਼ ਤੇ ਤਿੱਖਾ ਮਾਰ ਕਰਨ ਵਾਲਾ ਸ਼ਸਤਰ ਹੈ। ਗੁਰਦਰਾਂ ਦੇ ਕਾਰਨ ਇਸ ਦਾ ਨਾਮ ਵੀ